ਬਾਹਰ ਦੇ ਵਿੱਚ ਰਹਿ ਰਹੇ ਕਈ ਐਸੇ ਲੋਕ ਨੇ ਜੋ ਤਿਰੰਗੇ ਦਾ ਅਪਮਾਨ ਕਰ ਰਹੇ ਆ, ਤਿਰੰਗੇ ਦੇ ਵਿੱਚ ਫੁੱਟਬਾਲ ਪਾ ਕੇ ਉਹਨੂੰ ਇਦਾਂ ਪੈਰਾਂ ਨਾਲ ਸੱਟ ਰਹੇ ਨੇ। ਜਿਹੜੇ ਜਿਹੜੇ ਲੋਕਾਂ ਨੇ ਵੀਡੀਓ ਬਣਾਈਆਂ ਨੇ ਜੋ ਵੀ ਕੀਤਾ, ਰਹਿੰਦੇ ਆਪਾਂ ਭਾਰਤ ਦੇ ਨਾਗਰਿਕ ਆ, ਪੰਜਾਬ ਦੇ ਨਾਗਰਿਕ ਆ, ਹੈਗੇ ਤਾਂ ਆਪਾਂ ਪੰਜਾਬੀ ਆ ਨਾ ਇੱਕ ਤਰ੍ਹਾਂ ਦੇ। ਆਪਾਂ ਆਪਣੇ ਪੰਜਾਬ ਦੇ ਸੂਬੇ ਦੀ ਗੱਲ ਕਰੀਏ, ਆਪਾਂ ਪੰਜਾਬ ਨੂੰ ਉੱਨਤੀ ਤੇ ਤਰੱਕੀ ਤੇ ਲੈ ਕੇ ਜਾਈਏ, ਕਿੱਦਾਂ ਲੈ ਕੇ ਜਾਣਾ। ਸਾਡਾ ਵਸਦਾ ਭਾਰਤ ਹੈਗਾ ਜਾਂ ਸੂਬਾ ਪੰਜਾਬ ਹੈ, ਸਾਨੂੰ ਤਰੱਕੀ ਰਾਹ 'ਤੇ ਚਾਹੀਦਾ। ਨੌਜਵਾਨ ਬਾਹਰ ਨਾ ਜਦ ਪੰਜਾਬ 'ਚ ਕਾਰੋਬਾਰ ਕਰਨ, ਸਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ। ਕੀ ਇਹ ਚੀਜ਼ਾਂ ਉਹਨਾਂ ਨੂੰ ਵੀ ਚਾਹੀਦਾ ਕਿ ਪੰਜਾਬ ਦੇ ਪੰਜਾਬ ਨੂੰ ਦਲਦਲ ਦੇ ਵਿੱਚ ਧਕੇਲ ਰਹੇ ਨੇ ਖਾਲਿਸਤਾਨ ਦੇ ਨਾਮ ਦੇ ਉੱਤੇ? ਇਹ ਵੀ ਤਾਂ ਜਵਾਬ ਦਿਓ ਨਾ। ਜਿਹੜੇ ਧਰਤੀ 'ਤੇ ਆਪਾਂ ਬੈਠੇ ਹਾਂ, ਜਿਹੜਾ ਸਾਡਾ ਮਾਣ ਆ, ਸਨਮਾਨ ਆ ਤਿਰੰਗਾ, ਉਹਦਾ ਆਪਾਂ ਅਪਮਾਨ ਕਿਵੇਂ ਸਹਿਲਾਂਗੇ? ਮੈਨੂੰ ਇਹ ਵੀ ਗੱਲ ਦਾ ਜਵਾਬ ਦਿਓ। ਉੱਥੇ ਸ਼ਰੇਆਮ ਬੋਲਾਂ ਦੇ ਵਿੱਚ ਪਾ ਕੇ ਸਾਡੇ ਨੈਸ਼ਨਲ ਫਲੈਗ ਨਾਲ ਖਿਲਵਾੜ ਕੀਤਾ ਜਾ ਰਿਹਾ। ਕਹਿੰਦੇ ਨਾ ਜਿਹੜੇ ਦੇਸ਼ ਦਾ ਖਾਈ ਉਹਦਾ ਮਾੜਾ ਨਹੀਂ ਮੰਗੀਦਾ ਹੁੰਦਾ। ਇਹ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ, ਤੁਸੀਂ ਗਏ ਤਾਂ ਪੰਜਾਬ ਦੀ ਧਰਤੀ ਤੋਂ ਹੀ ਹੋ, ਪੰਜਾਬ ਦੀ ਧਰਤੀ ਤੋਂ ਜਾ ਕੇ ਤੁਸੀਂ ਇਹ ਕੁਛ ਕਰਦੇ ਪਏ ਹੋ ਕਿ ਹਾਂ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਰਦੇ ਪਏ ਹੋ। ਲੁਧਿਆਣਾ ਵਾਲੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ, ਮੈਂ ਵਿਸ਼ਾਲ ਕਪੂਰ। ਗੱਲ ਕੀਤੀ ਆਊਗੀ ਕੈਨੇਡਾ ਦੀ। ਕੈਨੇਡਾ ਦੇ ਵਿੱਚ ਸਾਡਾ ਜੋ ਭਾਰਤੀ ਝੰਡਾ ਜਿਹੜਾ ਹੈਗਾ, ਤਿਰੰਗਾ, ਜਿਹੜੇ ਮਾਣ ਸਨਮਾਨ ਕੀਤਾ ਜਾਂਦਾ, ਜਿਹਦੇ ਵਿੱਚ ਸਾਡੇ ਜਵਾਨ ਸ਼ਹੀਦ ਹੁੰਦੇ ਆ, ਪੁਲਿਸ ਕਰਮੀ ਸ਼ਹੀਦ ਹੁੰਦੇ ਆ, ਅਤੇ ਉਹਨਾਂ ਦੀ ਜਿਹੜੀ ਦੇਹ ਜਿਹੜੀ ਹੁੰਦੀ ਉਸ ਤਿਰੰਗੇ ਦੇ ਵਿੱਚ ਲਿਪਟ ਕੇ ਉਹਨਾਂ ਦੇ ਘਰਾਂ ਦੇ ਵਿੱਚ ਜਾਂਦੀ ਹੈ। ਲੇਕਿਨ ਬਾਹਰ ਦੇ ਵਿੱਚ ਰਹਿ ਰਹੇ ਕਈ ਐਸੇ ਲੋਕ ਨੇ ਜੋ ਤਿਰੰਗੇ ਦਾ ਅਪਮਾਨ ਕਰ ਰਹੇ ਆ, ਤਿਰੰਗੇ ਦੇ ਵਿੱਚ ਫੁੱਟਬਾਲ ਪਾ ਕੇ ਉਹਨੂੰ ਇੱਦਾਂ ਪੈਰਾਂ ਨਾਲ ਸੱਟ ਰਹੇ ਨੇ ਕਿ ਕਿੱਥੇ ਨਾ ਕਿੱਥੇ ਉਹ ਵੀ ਕਦੋਂ ਨਾ ਕਿਸੇ ਵਕਤ ਪੰਜਾਬੀ ਸੀਗੇ। ਲੇਕਿਨ ਸਾਡਾ ਨੀਰਜ ਭਰਦਵਾਜ ਆ, ਨੀਰਜ ਕਿਸ ਤਰ੍ਹਾਂ ਦੇਖਦਾ ਵੀਡੀਓ? ਪਹਿਲਾਂ ਤਾਂ ਜੈ ਸ਼੍ਰੀ ਰਾਮ। ਜਿਹੜੇ ਦੇਸ਼ ਦਾ ਆਪਾਂ ਲੋਕ ਖਾਂਦੇ ਹਾਂ, ਜਿਹੜੇ ਦੇਸ਼ ਦੇ ਵਿੱਚ, ਜਿਹੜੀ ਦੇਸ਼ ਦੀ ਧਰਤੀ ਦੇ ਵਿੱਚ ਆਪਾਂ ਰਹਿੰਦੇ ਹਾਂ, ਪੰਜਾਬ ਸੂਬੇ 'ਚ, ਉਹ ਜਿਹੜੇ ਜਿਹੜੇ ਲੋਕਾਂ ਨੇ ਵੀਡੀਓ ਬਣਾਈਆਂ ਨੇ ਜੋ ਵੀ ਕੀਤਾ, ਰਹਿੰਦੇ ਆਪਾਂ ਭਾਰਤ ਦੇ ਨਾਗਰਿਕ ਆ, ਪੰਜਾਬ ਦੇ ਨਾਗਰਿਕ ਆ, ਹੈਗੇ ਤਾਂ ਆਪਾਂ ਪੰਜਾਬੀ ਆ ਨਾ ਇੱਕ ਤਰ੍ਹਾਂ ਦੇ। ਆਪਾਂ ਆਪਣੇ ਪੰਜਾਬ ਦੇ ਸੂਬੇ ਦੀ ਗੱਲ ਕਰੀਏ, ਆਪਾਂ ਪੰਜਾਬ ਨੂੰ ਉੱਨਤੀ ਅਤੇ ਤਰੱਕੀ 'ਤੇ ਲੈ ਕੇ ਜਾਈਏ, ਕਿੱਦਾਂ ਲੈ ਕੇ ਜਾਣਾ? ਇਹ ਲੋਕ ਕੀ ਕਰ ਰਹੇ ਨੇ, ਵੀ ਵਾਂਟ ਖਾਲਿਸਤਾਨ, ਵੀ ਵਾਂਟ, ਇਹ ਹੈ ਕੀ ਖਾਲਿਸਤਾਨ? ਪਹਿਲਾਂ ਤਾਂ ਮੈਨੂੰ ਇਹ ਦੱਸਣਾ ਚਾਹਾਂ ਕਿ ਹੈ ਕੀ ਇਹ ਖਾਲਿਸਤਾਨ ਜਿਹੜੀ ਮੰਗ ਕਰਦੇ ਪਏ ਨੇ? ਕਿ ਪੰਜਾਬ ਦਾ ਜਿਹੜਾ ਹਿੰਦੂ ਭਾਈਚਾਰਾ ਵਾ, ਸਿੱਖ ਭਾਈਚਾਰਾ ਵਾ, ਮੁਸਲਮਾਨ ਭਾਈਚਾਰਾ ਵਾ, ਈਸਾਈ ਭਾਈਚਾਰਾ, ਕਿਸੇ ਵੀ ਬੰਦੇ ਕੋਲ ਤੁਸੀਂ ਜਾ ਕੇ ਇਹ ਗੱਲ ਪੁੱਛੋ, ਤੁਹਾਨੂੰ ਖਾਲਿਸਤਾਨ ਚਾਹੀਦਾ? ਇਹ ਸਿਰਫ ਕੁਝ ਪਰਸੈਂਟ ਲੋਕ। ਦੇਖੋ, ਤੁਹਾਡੀ ਗੱਲ ਵੀ ਜਾਇਜ਼ ਹੈਗੀ ਹੈ ਕਿ ਕੁਛ ਬੰਦੇ ਨਹੀਂ ਚਾਹਣਗੇ, ਕੋਈ ਵੀ ਨਹੀਂ ਚਾਹੇਗਾ ਖਾਲਿਸਤਾਨ, ਨਾ ਕੋਈ ਚਾਹੇਗਾ ਹਿੰਦੁਸਤਾਨ। ਸਾਡਾ ਵਸਦਾ ਭਾਰਤ ਹੈਗਾ ਜਾਂ ਸੂਬਾ ਪੰਜਾਬ ਹੈ, ਸਾਨੂੰ ਤਰੱਕੀ ਦੀ ਰਾਹ 'ਤੇ ਚਾਹੀਦਾ। ਨੌਜਵਾਨ ਬਾਹਰ ਨਾ ਜਦ ਪੰਜਾਬ 'ਚ ਕਾਰੋਬਾਰ ਕਰਨ, ਸਾਨੂੰ ਇਹ ਚੀਜ਼ਾਂ ਚਾਹੀਦੀਆਂ ਨੇ। ਕੀ ਇਹ ਚੀਜ਼ਾਂ ਉਹਨਾਂ ਨੂੰ ਵੀ ਚਾਹੀਦਾ ਕਿ ਪੰਜਾਬ ਨੂੰ ਪੰਜਾਬ ਨੂੰ ਦਲਦਲ ਦੇ ਵਿੱਚ ਧਕੇਲ ਰਹੇ ਨੇ ਖਾਲਿਸਤਾਨ ਦੇ ਨਾਮ ਦੇ ਉੱਤੇ? ਇਹ ਵੀ ਤਾਂ ਜਵਾਬ ਦਿਓ ਨਾ। ਲੇਕਿਨ ਖਾਲਿਸਤਾਨ ਦੇ ਦਲਦਲ ਦੇ ਧਕੇਲ ਰਹੇ ਹੋਣਗੇ ਪੰਜਾਬ ਨੂੰ, ਲੇਕਿਨ ਪੰਜਾਬ ਦੀ ਨੌਜਵਾਨੀ ਤਾਂ ਸਹੀ ਹੋਗੀ ਨਾ? ਪੰਜਾਬ ਦੇ ਲੋਕ ਵੀ ਤਾਂ ਸਮਝਦਾਰ ਹੋਣਗੇ ਨਾ ਕਿ ਉਹ ਇਸ ਚੀਜ਼ ਨੂੰ ਨਹੀਂ ਮੰਨਣਗੇ? ਜੋ ਤੁਹਾਡੇ ਘਰੇ ਪੁਲਿਸ ਆ ਜਾਵੇ, ਤੁਸੀਂ ਸਰੈਂਡਰ ਕਰ ਦੋਗੇ? ਬਿਲਕੁਲ ਕਰੂੰਗਾ, ਤੁਸੀਂ ਛੱਤ ਦੱਬ ਕੇ ਭੱਜੋਗੇ? ਬਿਲਕੁਲ ਕਰੂੰਗਾ, ਮੈਂ ਸਾਥੀ ਨੇ ਵੀ ਸਰੈਂਡਰ ਕੀਤਾ ਹੀ ਹੈ ਜੇ ਉੱਤੇ ਪਰਚਾ ਸਮੇਂ ਬਾਅਦ ਕੀਤਾ ਨਾ, ਜਦੋਂ ਪੁਲਿਸ, ਜਦੋਂ ਤੁਹਾਡੀ ਏਜੰਸੀ, ਜਿਹੜੀ ਤੁਹਾਡੀ ਏਜੰਸੀ ਦੇ ਵਿੱਚ, ਜੋ ਤੁਹਾਡੀ ਉਹ ਏਜੰਸੀ ਸੀਗੀ ਜਿਹੜੀ, ਜੇ ਤੁਸੀਂ ਏਜੰਸੀਆਂ ਕਹਿੰਦੇ ਹੋ, ਏਜੰਸੀਆਂ ਦੇ ਵਿੱਚ ਸੀਗਾ ਜਦ ਤੱਕ ਉਹਦਾ ਪਰਚਾ, ਉਹਨੂੰ ਉਹਨੇ ਅਰੈਸਟ ਨਹੀਂ ਹੋ ਪਾਇਆ, ਜਦੋਂ ਏਜੰਸੀ ਛੱਡੀ ਨਾਲੇ ਅਰੈਸਟ ਹੋ ਗਿਆ। ਲੇਕਿਨ ਫਿਰ ਗੱਲ ਕੀ ਹੋ ਗਈ ਨਾ, ਏਜੰਸੀ ਆਤਮ ਸਮਰਪਣ ਕੀਤਾ ਭਾਈ ਸਾਹਿਬ, ਉਹਨੇ ਆਤਮ ਸਮਰਪਣ ਕੀਤਾ ਕਾਨੂੰਨ ਨੂੰ। ਜੇ ਆਪਾਂ ਭਾਰਤ ਦੇ ਵਿੱਚ ਰਹਿੰਦੇ ਹਾਂ, ਆਪਾਂ ਕਾਨੂੰਨ ਨੂੰ ਮੰਨਦੇ, ਭਾਰਤ ਦਾ ਜਿਹੜਾ ਸੰਵਿਧਾਨ ਆਪਾਂ ਉਹਨੂੰ ਮੰਨਦੇ ਹਾਂ, ਉਸ ਤੋਂ ਅਸੀਂ ਬਾਹਰ ਨਹੀਂ ਹੈਗੇ। ਜੇ ਉਹਨੇ ਕੋਈ ਗੁਨਾਹ ਕੀਤਾ ਸੀ ਤਾਂ ਉਹਨੇ ਆਤਮ ਸਮਰਪਣ ਵੀ ਕੀਤਾ ਆ ਕੇ, ਠੀਕ ਹੈ ਨਾ। ਜਿਹੜੇ ਧਰਤੀ 'ਤੇ ਆਪਾਂ ਬੈਠੇ ਹਾਂ, ਜਿਹੜਾ ਸਾਡਾ ਮਾਣ ਆ, ਸਨਮਾਨ ਆ, ਤਿਰੰਗਾ, ਉਹਦਾ ਆਪਾਂ ਅਪਮਾਨ ਕਿਵੇਂ ਸਹਿਲਾਂਗੇ? ਮੈਨੂੰ ਇਹ ਵੀ ਗੱਲ ਦਾ ਜਵਾਬ ਦਿਓ। ਉੱਥੇ ਸ਼ਰੇਆਮ ਬੋਲਾਂ ਦੇ ਵਿੱਚ ਪਾ ਕੇ ਸਾਡੇ ਨੈਸ਼ਨਲ ਫਲੈਗ ਨਾਲ ਖਿਲਵਾੜ ਕੀਤਾ ਜਾ ਰਿਹਾ। ਮੈਂ ਇੱਕ ਪੰਜਾਬ ਦਾ ਨਾਗਰਿਕ, ਆਪਣੇ ਭਾਰਤ ਦਾ ਨਾਗਰਿਕ, ਮੇਰੇ ਆਵਾਜ਼ ਹੈਗੀ, ਮੈਂ ਚੱਕੂੰਗਾ ਆਪਣੇ ਭਾਰਤ ਦੇ ਹਿੱਤ ਦੇ ਲਈ। ਤੁਹਾਨੂੰ ਲੱਗਦਾ ਕਿ ਤੁਹਾਡੀ ਆਵਾਜ਼ ਉੱਥੇ ਤੱਕ ਜਾਊਗੀ, ਉਹ ਝੰਡੇ ਦਾ ਬੇਕਦਰੀ ਨਹੀਂ ਕਰਨਗੇ? ਸੁਣੋ ਮੇਰੀ ਗੱਲ, ਇੱਦਾਂ ਦਾ ਫਿਰ ਮੈਂ ਤੁਹਾਨੂੰ ਦੱਸਦਾ, ਜਿਵੇਂ ਉਹ ਬੋਲਾਂ ਬਣਾ ਕੇ ਖੇਡਦੇ ਪਏ ਆ ਨਾ ਸਾਡੇ ਤਿਰੰਗੇ ਰਾਸ਼ਟਰੀ ਧਵਾਈ ਦਾ, ਪਹਿਲੀ ਗੱਲ ਤਾਂ ਤੇ ਖਾਲਿਸਤਾਨ ਦਾ ਕਿਹੜਾ ਝੰਡਾ ਵਾ? ਮੈਂ ਤਾਂ ਫਿਰ ਐਂ ਕਹੂੰਗਾ, ਫਿਰ ਖਾਲਿਸਤਾਨ ਦਾ ਉੱਤੇ ਨਾਂ ਲਿਖ ਕੇ ਪੰਨੂ ਵਰਗੇ ਜਿਹੜੇ ਬੈਠੇ ਬਾਹਰ ਫੰਡਿੰਗ ਦੇ ਖਾਤਰ ਪੰਜਾਬ ਦਾ ਮਾਹੌਲ ਖਰਾਬ ਕਰਦੇ ਹੋ, ਉਹਨਾਂ ਦਾ ਲੈ ਲੂ ਕੇ। ਮਤਲਬ ਤੁਸੀਂ ਵੀ ਇੱਦਾਂ ਦੇ ਬਣ ਜਾਓਗੇ ਜਿੱਦਾਂ ਦੇ ਉਹ ਕੰਮ ਕਰ ਰਹੇ ਨੇ? ਮੈਂ ਤਾਂ ਬਣਿਆ ਨਹੀਂ, ਮੈਂ ਤੁਹਾਡੇ ਨਾਲ ਗੱਲ ਕਰ ਰਿਹਾ, ਤੁਸੀਂ ਇੱਕ ਗੱਲ ਕੀਤੀ, ਮੈਂ ਤੁਹਾਨੂੰ ਗੱਲ ਦਾ ਜਵਾਬ ਦੇ ਰਿਹਾ ਵਾਂ। ਜਵਾਬ ਦੇ ਤਾਂ ਬੜਾ ਸੋਹਣਾ ਜਵਾਬ ਦਿੱਤਾ, ਅਭੀ ਜਵਾਬ ਦੇ ਸਕਦੇ ਸੀ ਕਿ ਮੈਂ ਸਮਝਾਉਣ ਦੀ ਕੋਸ਼ਿਸ਼ ਕਰੂੰਗਾ, ਅੰਬੈਸਡਰ ਜਾਊਂਗਾ, ਮੁੱਖ ਮੰਤਰੀ, ਪ੍ਰਧਾਨ ਮੰਤਰੀ ਨੂੰ ਲੈਟਰ ਲਿਖੂੰਗਾ, ਰਾਸ਼ਟਰਪਤੀ ਨੂੰ ਇੱਕ ਲੈਟਰ ਲਿਖਾਂਗਾ, ਲੈਟਰ ਲਿਖ ਕੇ ਮੰਗ ਕਰਾਂਗੇ ਕਿ ਇਹਨਾਂ 'ਤੇ ਕਾਰਵਾਈ ਹੋਵੇ। ਕਿਹੜੀ ਕਾਰਵਾਈ? ਕਿੰਨੀਆਂ ਦੇਰ ਤੋਂ ਅਸੀਂ ਦਿੰਦੇ ਆ ਰਹੇ ਹਾਂ, ਕਿਹੜੀਆਂ ਕਾਰਵਾਈਆਂ ਹੋ ਗਈਆਂ ਨਾ, ਮੈਨੂੰ ਤਾਂ ਇਹ ਵੀ ਦੱਸੋ ਫਿਰ। ਲੇਕਿਨ ਹੁਣ ਦੇਖਿਆ ਨਹੀਂ ਗਾ, ਜ਼ੋਰ ਦੇਖਿਆ ਨਹੀਂ ਗਾ ਇੰਡੀਆ ਦਾ? ਜ਼ੋਰ ਦੇਖਿਆ ਮੈਂ ਕਿਤੇ ਨਾ ਕਿਤੇ ਭਾਰਤ ਦੀ ਸਰਕਾਰ ਨੇ, ਕੇਂਦਰ ਸਰਕਾਰ ਨੇ ਅਤੇ ਪੰਜਾਬ ਦੀ ਸਰਕਾਰ ਨੇ ਜੋ ਕੰਮ ਕੀਤੇ, ਜਿਹੜੇ ਜਿਹੜੇ ਅੱਤਵਾਦੀ ਜਿਹੜੇ ਬਾਹਰ ਬੈਠੇ ਪੰਜਾਬ ਨੂੰ ਤੋੜਨ ਦੀ, ਭਾਰਤ ਨੂੰ ਤੋੜਨ ਦੀਆਂ ਗੱਲਾਂ ਕਰਦੇ ਪਏ ਨੇ, ਉਹਨਾਂ ਦੀਆਂ ਪ੍ਰੋਪਰਟੀਆਂ ਸੀਲ ਵੀ ਕੀਤੀਆਂ ਨੇ, ਮੈਂ ਉਹਨਾਂ ਦਾ ਪੰਜਾਬ ਸਰਕਾਰ ਦਾ ਅਤੇ ਕੇਂਦਰ ਸਰਕਾਰ ਦਾ ਬਹੁਤ
ਉਹਦਾ ਹਾਲ ਕੀ ਕੀਤਾ, ਉਹਦਾ ਹਾਲ ਕੀ ਹੋਇਆ। ਇਹ ਵੀ ਸਬਕ ਤੁਹਾਨੂੰ ਵੀ ਲੈਣਾ ਚਾਹੀਦਾ ਕਿ ਅਸੀਂ ਪੰਜਾਬ ਦੇ ਅਮਨ ਸ਼ਾਂਤੀ ਭਾਰਚ ਅਮਨ ਸ਼ਾਂਤੀ ਰੱਖੀਏ, ਕੋਈ ਐਸੇ ਬਿਆਨ 'ਚ ਡੈਮੋਕ੍ਰੇਸੀ ਬਿਆਨ 'ਚ ਨਾ ਫਸੀਏ ਜਿੱਥੇ ਸਾਨੂੰ ਵੀ ਕਿਤੇ ਨਾ ਕਿਤੇ ਬਿਆਨ ਪੈ। ਕਿਹਨੂੰ ਡੈਮੋਕ੍ਰੇਸੀ ਕਹਿੰਦੇ ਭਲਾ, ਮੈਨੂੰ ਇਹ ਦੱਸੋ। ਸਾਡਾ ਭਾਰਤ ਦਾ ਜਿਹੜਾ ਰਾਸ਼ਟਰੀ ਧਵੱਜਾ ਸਾਰੀ ਦੇਸ਼ ਦੀ ਦੁਨੀਆ ਨੂੰ ਮੰਨਦੀ ਹੈ, ਸਲਾਮ ਕਰਦੀ ਹੈ। ਸਾਡੇ ਜਿਹੜੇ ਭਾਰਤ ਦੇ ਫੌਜ ਤੋਂ ਕੋਈ ਆਪਣੇ ਆਪ ਤੋਂ ਅੱਤਵਾਦੀ ਹਮਲੇ ਹੁੰਦੇ ਨੇ, ਜਦੋਂ ਉਹ ਸ਼ਹੀਦ ਹੁੰਦੇ ਨੇ ਉਹਨਾਂ ਦਾ ਜਿਹੜੀ ਡੈਡ ਬੋਡੀ ਆ ਉਹ ਵੀ ਤਿਰੰਗੇ ਦੇ ਵਿੱਚ ਲਿਪਟ ਕੇ ਆਉਂਦੀ ਤੇ ਖਾਲਿਸਤਾਨ ਦਾ ਕਿਹਦੇ ਲਿਪਟ। ਮੈਨੂੰ ਬਾਈ ਆਹ ਲੱਗਦਾ ਵਾ ਕਿ ਜਿਹੜੇ ਆ ਕੰਮ ਕਰਦੇ ਆ ਨਾ, ਮੇਰੀ ਸੋਚ ਦੇ ਵਿੱਚ ਆਪਣੇ ਪੰਜਾਬ ਆਪਣੇ ਇੰਡੀਆ ਦਾ ਨਾਮ ਕਿਸੇ ਨਾ ਕਿਸੇ ਬਦਨਾਮ ਕਰਦੇ ਨੇ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ। ਜਿਹੜੇ ਮੁਲਕ ਨੇ ਇੰਨਾ ਨਾਮ ਰੋਸ਼ਨ ਕੀਤਾ, ਜਿਹੜੇ ਮੁਲਕ ਦੇ ਵਿੱਚ ਇੰਨੇ ਜਵਾਨ ਸ਼ਹੀਦ ਹੁੰਦੇ ਨੇ। ਕਹਿੰਦੇ ਨਾ ਜਿਹੜੇ ਦੇਸ਼ ਦਾ ਖਾਈ ਉਹਦਾ ਮਾੜਾ ਨਹੀਂ ਮੰਗੀਦਾ ਹੁੰਦਾ। ਇਹ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ, ਤੁਸੀਂ ਗਏ ਤਾਂ ਪੰਜਾਬ ਦੀ ਧਰਤੀ ਤੋਂ ਹੀ ਹੋ, ਪੰਜਾਬ ਦੀ ਧਰਤੀ ਤੋਂ ਜਾ ਕੇ ਤੁਸੀਂ ਇਹ ਕੁਝ ਕਰਦੇ ਪਏ ਹੋ ਕਿ ਹਾਂ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਕਰਦੇ ਪਏ ਹੋ। ਕਾਹਦੇ ਲਈ? ਕਾਹਦੇ ਲਈ? ਪਾਪੂਲਰ ਹੋਣ ਲਈ। ਮੈਂ ਕੀ ਕਹਿਣਾ ਵਾ, ਮਤਲਬ ਫਿਰ ਗੱਲ ਤਾਂ ਇਹ ਆ, ਦੇਸ਼ ਨੂੰ ਤੋੜੋ ਤੇ ਪਾਪੂਲਰ ਹੋ ਜਾਓ। ਫਿਰ ਤੁਹਾਡੇ ਕਹਿਣ ਦਾ ਭਾਅ ਫਿਰ ਇਹ ਆ ਦਾ ਮਤਲਬ ਤੇ ਤੁਸੀਂ ਵੀ ਉਹੀ ਕੰਮ ਕਰੋਗੇ ਨਾ? ਮੈਂ ਕਿਉਂ ਕਰੂੰਗਾ? ਮੈਂ ਤਾਂ ਆਪਣੇ ਪੰਜਾਬ ਨੂੰ, ਮੈਂ ਤਾਂ ਆਪਣੇ ਪੰਜਾਬ ਨੂੰ ਤੋੜਨ ਦੀਆਂ ਗੱਲਾਂ ਨਹੀਂ ਕਰਦਾ, ਮੈਂ ਪੰਜਾਬ ਨੂੰ ਜੋੜਨ ਦੀਆਂ ਗੱਲਾਂ ਕਰਦਾ। ਜੋੜੋਗੇ? ਜਿਹੜਾ ਮੇਰੇ ਜੋ ਮੇਰੇ ਹੱਥ ਵੱਧ ਵਿੱਚ ਮੈਂ ਪੰਜਾਬ ਦੀ ਜਨਤਾ ਨੂੰ ਜਿਹੜੀ ਹੈਗੀ ਹੈ, ਜਿਹੜੇ ਨੌਜਵਾਨ ਪੀੜ੍ਹੀ ਵੀ ਜਿਹੜੀ ਇਹਨਾਂ ਦੇ ਖਾਲਿਸਤਾਨੀਆਂ ਦੇ ਮਗਰ ਲੱਗੀ ਫਿਰਦੀ ਹੈ, ਸਿਰਫ ਕੁਝ ਕੁ ਫੰਡਿੰਗ ਖਾਤਰ ਲਾ ਲਓ ਜਾਂ ਕੁਝ ਉਹਨਾਂ ਨੂੰ ਘਰ 'ਚ ਕੋਈ ਹੈਲਪ ਕਰਨ ਦੇ ਖਾਤਰ ਲਾ ਲਓ ਜਾਂ ਕੋਈ ਵੀ ਹੋਰ ਉਹਨਾਂ ਦੀ ਮਜਬੂਰੀ ਲਾ ਲਓ। ਇਹ ਨੀਰਜ ਪਰਦਵਾ ਸਾਡੇ ਨਾਲ ਮੌਜੂਦ ਸੀਗਾ। ਨੀਰਜ ਨੂੰ ਇੱਕ ਗੱਲ ਦਾ ਠੇਸ ਪਹੁੰਚੀ ਹੈ ਕਿ ਨਾਸ਼ੀ ਝੰਡਾ ਜਿਹੜਾ ਸਾਡਾ ਸੀਗਾ ਉਸ ਦੀ ਫੁੱਟਬਾਲ ਬਣਾ ਕੇ ਬਾਹਰਲੇ ਮੁਲਕਾਂ ਦੇ ਵਿੱਚ ਜਿਹੜੀ ਹੈ ਬਾਹਰਲੇ ਕੈਨੇਡਾ ਦੇ ਵਿੱਚ ਉਸਨੂੰ ਫੁੱਟਬਾਲ ਤਿਰੰਗੇ ਨੂੰ ਫੁੱਟਬਾਲ ਦੇ ਪਾ ਕੇ ਖੇਡਿਆ ਜਾ ਰਿਹਾ ਸੀ ਪੈਰਾਂ ਰਾਹੀਂ, ਲੇਕਿਨ ਉਹ ਰਾਸ਼ਟਰੀ ਧਵੱਜ ਦੀ ਮਰਿਆਦਾ ਤਾਂ ਕਿਤੇ ਸੋਚ ਲਓ, ਦੇਖ ਲਓ ਕਿ ਤੁਸੀਂ ਜਿਸ ਕੰਟਰੀ ਦੇ ਵਿੱਚ ਜੰਮੇ ਹੋ, ਪੈਦਾ ਹੋਏ ਹੋ, ਭਾਰਤ ਕੰਟਰੀ ਦੇ ਵਿੱਚ ਜੰਮੇ ਹੋ, ਪੈਦਾ ਹੋਏ ਹੋ, ਬਾਹਰਲੀ ਤੁਹਾਨੂੰ ਵੀਜ਼ੇ ਲੱਗੇ, ਤੁਹਾਨੂੰ ਉੱਥੇ ਦੀਆਂ ਕਹਿ ਸਕਦੇ ਹਾਂ ਕਿ ਤੁਹਾਨੂੰ ਸਿਟੀਜ਼ਨਸ਼ਿਪ ਮਿਲ ਗਈ ਤੁਹਾਨੂੰ ਉੱਥੇ ਦੀ, ਅਤੇ ਉਸ ਤੋਂ ਬਾਅਦ ਤੁਸੀਂ ਉਸ ਝੰਡੇ ਦਾ ਅਪਮਾਨ ਕਰ ਲਓਗੇ ਜਿੱਥੇ ਤੁਸੀਂ ਪਲੇ ਹੋ, ਪੜ੍ਹੇ ਹੋ, ਵੱਡੇ ਹੋਏ ਹੋ, ਅਤੇ ਉਹ ਰਾਸ਼ਟਰੀ ਝੰਡਾ ਤੁਹਾਨੂੰ ਸਕੂਲਾਂ ਦੇ ਵਿੱਚ ਸਿਖਾਇਆ ਜਾਂਦਾ ਸੀ, ਉੱਥੇ ਤੁਸੀਂ ਕਦੀ ਨਾ ਕਦੇ ਸਲਾਮ ਕੀਤਾ ਹੀ ਹੋਊਗਾ, ਜੈ ਹਿੰਦ ਕੀਤੀ ਹੋਊਗੀ, ਲੇਕਿਨ ਅੱਜ ਨੂੰ ਤੁਸੀਂ ਉਹ ਝੰਡੇ ਦਾ ਅਪਮਾਨ ਕਰ ਰਹੇ ਹੋ, ਇਹ ਸ਼ੋਭਾ ਨਹੀਂ ਦਿੰਦਾ। ਇਹ ਵੀਜ਼ਾ ਤੁਹਾਨੂੰ ਮੈਂ ਦੱਸਦਾ, ਅੱਜ ਤੋਂ ਕੁਝ ਸਮੇਂ ਪਹਿਲਾਂ ਨਾ ਜਿਹੜਾ ਆਪਣਾ ਸਿਮਰਨਜੀਤ ਸਿੰਘ ਮਾਨ ਆ, ਇਹਦੀ ਲੈਟਰਾਂ ਦੇ ਉੱਤੇ ਵੀਜ਼ੇ ਲੱਗਦੇ ਰਹੇ ਆ, ਉਹਦੀਆਂ ਲੈਟਰਾਂ ਲੈ ਲੈ ਕੇ ਵੀਜ਼ੇ ਲੱਗਦੇ ਰਹੇ ਆ ਬਾਹਰ ਦੇ, ਕੈਨੇਡਾ ਦੇ, ਅਮਰੀਕਾ ਦੇ, ਇੱਦਾਂ ਦੇ ਵੀਜ਼ੇ ਲੱਗਦੇ ਰਹੇ ਆ। ਬਿਲਕੁਲ, ਤੁਹਾਨੂੰ ਇੱਕ ਤਸਵੀਰ ਹੈ ਜੋ ਦੇਖ ਰਹੇ ਹੋ ਵੀਡੀਓ, ਲੇਕਿਨ ਪ੍ਰਧਾਨ ਮੰਤਰੀ ਸਾਹਿਬ, ਮੁੱਖ ਮੰਤਰੀ ਸਾਹਿਬ, ਪੰਜਾਬ ਤੁਹਾਡਾ, ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਸਾਹਿਬ, ਪੂਰਾ ਭਾਰਤ ਤੁਹਾਡਾ, ਨਰਿੰਦਰ ਮੋਦੀ ਜੀ, ਪੰਜਾਬ ਨੂੰ ਅਤੇ ਭਾਰਤ ਨੂੰ ਸੰਭਾਲੋ, ਪੰਜਾਬ ਦੀ ਅਮਨ ਸ਼ਾਂਤੀ ਨੂੰ ਸੰਭਾਲੋ, ਪੰਜਾਬ ਦੇ ਜੋ ਹਾਲਾਤ ਨੇ ਤੁਸੀਂ ਮੱਚ ਬੈਟਰ ਕੀਤੇ ਨੇ ਭਗਵੰਤ ਮਾਨ ਸਾਹਿਬ, ਲੇਕਿਨ ਮੁੱਖ ਮੰਤਰੀ ਸਾਹਿਬ ਤੁਸੀਂ ਵਧੀਆ ਕੀਤਾ ਅਤੇ ਗੱਲ ਕੀਤੀ ਜਾਵੇ ਪ੍ਰਧਾਨ ਮੰਤਰੀ ਸਾਹਿਬ ਦੀ, ਪ੍ਰਧਾਨ ਮੰਤਰੀ ਸਾਹਿਬ ਤੁਸੀਂ ਬਹੁਤ ਵਧੀਆ ਕੰਮ ਵੀ ਕਰ ਰਹੇ ਹੋ, ਲੇਕਿਨ ਪੰਜਾਬ ਦੇ ਵਿੱਚ ਜਿਹੜੀ ਅਮਨ ਸ਼ਾਂਤੀ ਹੈ ਉਹ ਬਰਕਰਾਰ ਇਸੇ ਤਰ੍ਹਾਂ ਰਹੇ ਜਿਸ ਤਰ੍ਹਾਂ ਬਰਕਰਾਰ ਹੈਗੀ ਹੈ। ਕੈਮਰਾਮੈਨ ਹਰਜੀਤ ਦੇ ਨਾਲ ਮੈਂ ਵਿਸ਼ਾਲ ਕਪੂਰ ਲੁਧਿਆਣਾ ਲਈ।